ਨਸ਼ਾ ਜੀ ਵੀ ਵਾਧੂ ਵੇਖਦਾ। ਇਹ ਆਹਦੇ ਸੀ ਵੀ ਅਸੀਂ ਜਦੋਂ ਝਾੜੂ ਵਾਲੇ ਅਸੀਂ ਆਹਦੇ ਵੀ ਬਣ ਗਏ ਸੀ ਨਸ਼ਾ ਬੰਦ ਕਰਾਂਗੇ, ਉਦੋਂ ਜ਼ਿਆਦਾ ਚੱਲੀ ਜਾਂਦਾ ਨਸ਼ਾ। ਮੌਤਾਂ ਹੋ ਹੀ ਜਾਂਦੀਆਂ, ਮੌਤਾਂ ਦਾ ਕੋਈ ਜ਼ਿੰਮੇਦਾਰ ਹੈ ਹੀ ਨਹੀਂਗਾ। ਬੱਚੇ ਭੋਰਾ ਭੋਰਾ ਜਵਾਕ ਆ, ਉਹੀ ਗੱਲ ਮਾਵਾਂ ਰੋਂਦੀਆਂ ਜਦੋਂ ਨਸ਼ਿਆਂ 'ਤੇ ਲਾਏ ਵੀ ਜਵਾਕ ਆ, ਕੋਈ ਸੇਧਾਂ ਉਹਨਾਂ ਦੀਆਂ ਉਹ ਨਹੀਂ ਚੱਜਦੀਆਂ ਗੀਆਂ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਮੁੰਡੇ ਲਾ ਕਰਦੇ ਨੇ? ਬਥੇਰੇ ਕਰੀ ਜਾਂਦੇ, ਭੋਰਾ ਭੋਰਾ ਜਵਾਕ ਹੀ ਲਾਏ ਪਏ। ਜਦੋਂ ਨਸ਼ੇ ਚੱਲੀ ਜਾਂਦਾ ਤਾਂ ਭੋਰਾ ਭੋਰਾ ਜਵਾਕ ਵੇਚਦਾ ਕੌਣ ਪਿੰਡ 'ਚ? ਕੋਈ ਪਿੰਡ 'ਚ ਹੁਣ ਜੇ ਪਤਾ ਲੱਗੇ ਤਾਂ ਸਾਨੂੰ ਵੇਚਦਾ, ਤਾਂ ਫਿਰ ਤਾਂ ਅਸੀਂ ਫੜ ਗਏ। ਜਦੋਂ ਸਰਕਾਰ ਨਹੀਂ ਫੜ ਸਕਦੀ ਗੀ, ਸਰਕਾਰ ਹੀ ਲਾਈ ਜਾਂਦੇ, ਇਹੀ ਲਾਈ ਜਾਂਦੇ। ਤੁਹਾਡਾ ਤਾਂ ਕੋਈ ਜਵਾਨ ਲਾਉਣਾ ਚਾਹੁੰਦਾ? ਲਾਉਂਦਾ ਵੀਰ ਜੀ। ਕੌਣ ਲਾਉਂਦਾ? ਮੁੰਡਾ ਮੇਰਾ ਲਾਉਂਦਾ। ਹੁਣ ਤਾਂ ਵਾਹਵਾ ਚਿਰ ਹੋ ਗਿਆ ਲਾਉਂਦੇ ਨੂੰ। ਕੰਮ ਧੰਦਾ ਕਰਦਾ ਵੀ? ਕੰਮ ਵੀ ਕਰਦਾ ਹੈ ਵੀ, ਕੰਮ 'ਤੇ ਵੀ ਜਾਂਦਾ ਜਾਂਦਾ, ਅਤੇ ਹੋਰ ਨਸ਼ਾ ਹੀ ਖਾਈ ਜਾਂਦਾ। ਘਰ ਦਾ ਤਾਂ ਬਣਾਉਂਦਾ ਹੀ ਨਹੀਂ ਕੁਛ। ਨਸ਼ਾ ਕਿੱਥੋਂ ਲੈ ਕੇ ਆਉਂਦਾ? ਅਤੇ ਨਸ਼ਾ ਹੁਣ ਪਿੰਡੋਂ ਹੀ ਲਿਆਉਂਦਾ, ਜਦੋਂ ਪਿੰਡ ਹੀ ਵੇਖਦਾ ਨਸ਼ਾ ਸਾਡੇ। ਜੇ ਹੁਣ ਕੋਈ ਫੜੇ ਮਗਰ ਉਹਨੂੰ ਫੇਰ ਹੀ ਆ ਨਸ਼ੇ ਵਾਲੇ ਨੂੰ, ਜਿਹੜਾ ਖਾਂਦਾ ਉਹਨੂੰ ਸਮਰਥ 3 ਦਿਨ ਦੇ ਅੰਦਰ ਲਿਜਾ ਕੇ, ਅਤੇ ਵੇਚਦੇ ਨੂੰ ਹੱਥ ਨਹੀਂ ਪਾਉਂਦੇ ਗੇ। ਨਸ਼ਾ ਜੀ ਵੀ ਵਾਧੂ ਵੇਖਦਾ। ਇਹ ਆਹਦੇ ਸੀ ਵੀ ਅਸੀਂ ਜਦੋਂ ਝਾੜੂ ਵਾਲੇ ਅਸੀਂ ਆਹਦੇ ਵੀ ਬਣ ਗਏ ਸੀ ਨਸ਼ਾ ਬੰਦ ਕਰਾਂਗੇ, ਉਦੋਂ ਜ਼ਿਆਦਾ ਚੱਲੀ ਜਾਂਦਾ ਨਸ਼ਾ। ਮੌਤਾਂ ਹੋ ਹੀ ਜਾਂਦੀਆਂ, ਮੌਤਾਂ ਦਾ ਕੋਈ ਜ਼ਿੰਮੇਦਾਰ ਹੈ ਹੀ ਨਹੀਂਗਾ। ਬੱਚੇ ਭੋਰਾ ਭੋਰਾ ਜਵਾਕ ਆ, ਉਹੀ ਗੱਲ ਮਾਵਾਂ ਰੋਂਦੀਆਂ ਜਦੋਂ ਨਸ਼ਿਆਂ 'ਤੇ ਲਾਏ ਵੀ ਜਵਾਕ ਆ, ਕੋਈ ਸੇਧਾਂ ਉਹਨਾਂ ਦੀਆਂ ਉਹ ਨਹੀਂ ਚੱਜਦੀਆਂ ਗੀਆਂ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਮੁੰਡੇ ਲਾ ਕਰਦੇ ਨੇ? ਬਥੇਰੇ ਕਰੀ ਜਾਂਦੇ, ਭੋਰਾ ਭੋਰਾ ਜਵਾਕ ਹੀ ਲਾਏ ਪਏ। ਜਦੋਂ ਨਸ਼ੇ ਚੱਲੀ ਜਾਂਦਾ ਤਾਂ ਭੋਰਾ ਭੋਰਾ ਜਵਾਕ ਵੇਚਦਾ ਕੌਣ ਪਿੰਡ 'ਚ? ਕੋਈ ਪਿੰਡ 'ਚ ਹੁਣ ਜੇ ਪਤਾ ਲੱਗੇ ਤਾਂ ਸਾਨੂੰ ਵੇਚਦਾ, ਤਾਂ ਫਿਰ ਤਾਂ ਅਸੀਂ ਫੜ ਗਏ। ਜਦੋਂ ਸਰਕਾਰ ਨਹੀਂ ਫੜ ਸਕਦੀ ਗੀ, ਸਰਕਾਰ ਹੀ ਲਾਈ ਜਾਂਦੇ, ਇਹੀ ਲਾਈ ਜਾਂਦੇ। ਤੁਹਾਡਾ ਤਾਂ ਕੋਈ ਜਵਾਨ ਲਾਉਣਾ ਚਾਹੁੰਦਾ? ਲਾਉਂਦਾ ਵੀਰ ਜੀ। ਕੌਣ ਲਾਉਂਦਾ? ਮੁੰਡਾ ਮੇਰਾ ਲਾਉਂਦਾ। ਹੁਣ ਤਾਂ ਵਾਹਵਾ ਚਿਰ ਹੋ ਗਿਆ ਲਾਉਂਦੇ ਨੂੰ। ਕੰਮ ਧੰਦਾ ਕਰਦਾ ਵੀ? ਕੰਮ ਵੀ ਕਰਦਾ ਹੈ ਵੀ, ਕੰਮ 'ਤੇ ਵੀ ਜਾਂਦਾ ਜਾਂਦਾ, ਅਤੇ ਹੋਰ ਨਸ਼ਾ ਹੀ ਖਾਈ ਜਾਂਦਾ। ਘਰ ਦਾ ਤਾਂ ਬਣਾਉਂਦਾ ਹੀ ਨਹੀਂ ਕੁਛ। ਨਸ਼ਾ ਕਿੱਥੋਂ ਲੈ ਕੇ ਆਉਂਦਾ? ਅਤੇ ਨਸ਼ਾ ਹੁਣ ਪਿੰਡੋਂ ਹੀ ਲਿਆਉਂਦਾ, ਜਦੋਂ ਪਿੰਡ ਹੀ ਵੇਖਦਾ ਨਸ਼ਾ ਸਾਡੇ। ਜੇ ਹੁਣ ਕੋਈ ਫੜੇ ਮਗਰ ਉਹਨੂੰ ਫੇਰ ਹੀ ਆ ਨਸ਼ੇ ਵਾਲੇ ਨੂੰ, ਜਿਹੜਾ ਖਾਂਦਾ ਉਹਨੂੰ ਸਮਰਥ 3 ਦਿਨ ਦੇ ਅੰਦਰ ਲਿਜਾ ਕੇ, ਅਤੇ ਵੇਚਦੇ ਨੂੰ ਹੱਥ ਨਹੀਂ ਪਾਉਂਦੇ ਗੇ। ਨਸ਼ਾ ਜੀ ਵੀ ਵਾਧੂ ਵੇਖਦਾ। ਇਹ ਆਹਦੇ ਸੀ ਵੀ ਅਸੀਂ ਜਦੋਂ ਝਾੜੂ ਵਾਲੇ ਅਸੀਂ ਆਹਦੇ ਵੀ ਬਣ ਗਏ ਸੀ ਨਸ਼ਾ ਬੰਦ ਕਰਾਂਗੇ, ਉਦੋਂ ਜ਼ਿਆਦਾ ਚੱਲੀ ਜਾਂਦਾ ਨਸ਼ਾ। ਮੌਤਾਂ ਹੋ ਹੀ ਜਾਂਦੀਆਂ, ਮੌਤਾਂ ਦਾ ਕੋਈ ਜ਼ਿੰਮੇਦਾਰ ਹੈ ਹੀ ਨਹੀਂਗਾ। ਬੱਚੇ ਭੋਰਾ ਭੋਰਾ ਜਵਾਕ ਆ, ਉਹੀ ਗੱਲ ਮਾਵਾਂ ਰੋਂਦੀਆਂ ਜਦੋਂ ਨਸ਼ਿਆਂ 'ਤੇ ਲਾਏ ਵੀ ਜਵਾਕ ਆ, ਕੋਈ ਸੇਧਾਂ ਉਹਨਾਂ ਦੀਆਂ ਉਹ ਨਹੀਂ ਚੱਜਦੀਆਂ ਗੀਆਂ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਮੁੰਡੇ ਲਾ ਕਰਦੇ ਨੇ? ਬਥੇਰੇ ਕਰੀ ਜਾਂਦੇ, ਭੋਰਾ ਭੋਰਾ ਜਵਾਕ ਹੀ ਲਾਏ ਪਏ। ਜਦੋਂ ਨਸ਼ੇ ਚੱਲੀ ਜਾਂਦਾ ਤਾਂ ਭੋਰਾ ਭੋਰਾ ਜਵਾਕ ਵੇਚਦਾ ਕੌਣ ਪਿੰਡ 'ਚ? ਕੋਈ ਪਿੰਡ 'ਚ ਹੁਣ ਜੇ ਪਤਾ ਲੱਗੇ ਤਾਂ ਸਾਨੂੰ ਵੇਚਦਾ, ਤਾਂ ਫਿਰ ਤਾਂ ਅਸੀਂ ਫੜ ਗਏ। ਜਦੋਂ ਸਰਕਾਰ ਨਹੀਂ ਫੜ ਸਕਦੀ ਗੀ, ਸਰਕਾਰ ਹੀ ਲਾਈ ਜਾਂਦੇ, ਇਹੀ ਲਾਈ ਜਾਂਦੇ। ਤੁਹਾਡਾ ਤਾਂ ਕੋਈ ਜਵਾਨ ਲਾਉਣਾ ਚਾਹੁੰਦਾ? ਲਾਉਂਦਾ ਵੀਰ ਜੀ। ਕੌਣ ਲਾਉਂਦਾ? ਮੁੰਡਾ ਮੇਰਾ ਲਾਉਂਦਾ। ਹੁਣ ਤਾਂ ਵਾਹਵਾ ਚਿਰ ਹੋ ਗਿਆ ਲਾਉਂਦੇ ਨੂੰ। ਕੰਮ ਧੰਦਾ ਕਰਦਾ ਵੀ? ਕੰਮ ਵੀ ਕਰਦਾ ਹੈ ਵੀ, ਕੰਮ 'ਤੇ ਵੀ ਜਾਂਦਾ ਜਾਂਦਾ, ਅਤੇ ਹੋਰ ਨਸ਼ਾ ਹੀ ਖਾਈ ਜਾਂਦਾ। ਘਰ ਦਾ ਤਾਂ ਬਣਾਉਂਦਾ ਹੀ ਨਹੀਂ ਕੁਛ। ਨਸ਼ਾ ਕਿੱਥੋਂ ਲੈ ਕੇ ਆਉਂਦਾ? ਅਤੇ ਨਸ਼ਾ ਹੁਣ ਪਿੰਡੋਂ ਹੀ ਲਿਆਉਂਦਾ, ਜਦੋਂ ਪਿੰਡ ਹੀ ਵੇਖਦਾ ਨਸ਼ਾ ਸਾਡੇ। ਜੇ ਹੁਣ ਕੋਈ ਫੜੇ ਮਗਰ ਉਹਨੂੰ ਫੇਰ ਹੀ ਆ ਨਸ਼ੇ ਵਾਲੇ ਨੂੰ, ਜਿਹੜਾ ਖਾਂਦਾ ਉਹਨੂੰ ਸਮਰਥ 3 ਦਿਨ ਦੇ ਅੰਦਰ ਲਿਜਾ ਕੇ, ਅਤੇ ਵੇਚਦੇ ਨੂੰ ਹੱਥ ਨਹੀਂ ਪਾਉਂਦੇ ਗੇ।